ਉਹ ਵਾਲ ਜੇ ਹਿਲਾ ਕੇ ਕੋਈ ਸਿਰ ਨੂੰ ਘੁਮਾਉਂਦਾ ਏ, ਆਹਾ ਚਮਚਿਆਂ ਦੀ ਡਿਊਟੀ ਚੇਲੇ ਪੱਟਣ ਤੇ ਲਾਉਂਦਾ ਏ, ਚੇਲੇ ਪੱਟਣ ਤੇ ਲਾਉਂਦਾ ਏ, ਆਹਾ ਹਟ ਜਾ ਨਹੀਂ ਤਾਂ ਤੇਰੇ ਕਸ ਦੂੰਗਾ ਨਟ ਜੱਟੀ ਆ। ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਵੀਡੀਓ ਲੈ ਕੇ ਆਏ ਹਾਂ ਜੀ ਬੱਬੂ ਮਾਨ ਜੀ ਦਾ। ਹੁਣੇ ਥੋੜ੍ਹੇ ਦਿਨ ਪਹਿਲਾਂ ਕਹਿ ਲਈਏ ਕਿ ਪਰਸੋਂ ਹੀ ਹੋਇਆ, ਅਜੇ ਲਾਈਵ ਸ਼ੋਅ ਹੋ ਕੇ ਹਟਿਆ ਸੀ, ਅਤੇ ਉਹਦੇ ਵਿੱਚ ਮਾਨ ਸਾਹਿਬ ਨੇ ਇੱਕ ਨਵਾਂ ਸੌਂਗ ਗਾਇਆ ਹੈ, ਅਤੇ ਕਹਿੰਦੇ ਉਹਦੀ ਰਿਕਾਰਡਿੰਗ ਵਗੈਰਾ ਵੀ ਹੋ ਰਹੀ ਹੈ, ਚੱਲ ਰਹੀ ਹੈ, ਅਤੇ ਸਮਾਜਿਕ ਗੀਤ ਹੈ, ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ। ਆਓ ਚੈੱਕ ਕਰਦੇ ਹਾਂ, ਵੇਖਣਾ ਕਰਦੇ ਹਾਂ ਕਿਵੇਂ ਦਾ ਸੌਂਗ ਹੋਣਾ ਕਰਦਾ, ਅਤੇ ਨਾਲ ਦੀ ਨਾਲ ਆਪਾਂ ਸੌਂਗ ਨੂੰ ਦੇਖਣਾ ਕਰਾਂਗੇ, ਅਤੇ ਨਾਲ ਦੀ ਨਾਲ ਗੱਲਬਾਤ ਕਰਦੇ ਹਾਂ। ਆਓ ਦੇਖਣਾ ਕਰ ਛੱਡਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ ਆਏ ਹੈ ਜੀ ਬਸ ਆਪ ਤੁਹਾਡੇ ਨਾਲ ਇੱਕ ਛੱਡਦੀ ਜਵਾਨੀ ਨੂੰ ਗੁਲਾਮ ਨਾ ਸਪੈਸ਼ਲ ਦੋ ਲੈ ਛੱਡਦੀ ਜਵਾਨੀ ਨੂੰ ਗੁਲਾਮ ਕਰ ਦੋਲੋ ਤੋਂ ਬਾਅਦ ਸਮਾਜਿਕ ਗੀਤ ਗਾਉਣੇ ਛੱਡਦੇ ਸੀ ਹਾਂ ਕਿਉਂਕਿ ਕਿ ਨੈਟ ਤੇ ਬੱਕਰੀਆਂ ਉਹ ਮਤਲਬ ਭੰਡਣਾ ਵਾ ਮੈਂ ਕਿਹਾ ਆਏ ਹੈ ਸਹੀ ਗੱਲ ਹੈ ਆਰਟਿਸਟ ਗਾਉਣਗੇ ਪਰ ਨਹੀਂ ਗਾਉਂਦਾ ਕੋਈ ਸਮਾਜਿਕ ਨਹੀਂ ਗਾਉਂਦਾ ਸੱਚੀ ਗੱਲ ਹੈ ਨਹੀਂ ਗਾਉਂਦਾ ਨਹੀਂ ਅਸੀਂ ਤਾਂ ਗਾਵਾਂਗੇ ਬਹੁਤ ਘੱਟ ਜੱਪਿਆ ਛੜੇ ਜੇਠ ਨਾਲ ਲਾਉਣਾ ਪੈਣਾ ਚੜਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ ਵਾਹ ਡੇਰਿਆਂ ਚ ਇੱਜ਼ਤ ਨੇ ਲਾਉਣਾ ਤੂੰ ਕਰ ਡੇਰਿਆਂ ਦੇ ਇਹਦੇ ਨਾਲ ਚੰਗਾ ਫਾਕਾ ਕੱਟ ਜੱਟੀਏ ਆਏ ਹਾਏ 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 ਕੀ ਬਾਤ ਇਹਦੇ ਨਾਲ ਚੰਗਾ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਜੱਟੀਏ ਨਹੀਂ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਜੱਟੀਏ ਉੱਤੇ ਨੀਲੀ ਕੀ ਬਾਤ ਹੈ ਯਾਰ ਸੈਕਿੰਡ ਪਹਿਰਾ ਸੁਣੋ ਉਹ ਵਾਲ ਜੇ ਹਿਲਾ ਕੇ ਕੋਈ ਸਿਰ ਨੂੰ ਘੁਮਾਉਂਦਾ ਏ ਆਹਾ ਚਮਚਿਆਂ ਦੀ ਡਿਊਟੀ ਚੇਲੇ ਪੱਟਣ ਤੇ ਲਾਉਂਦਾ ਏ ਚੇਲੇ ਪੱਟਣ ਤੇ ਲਾਉਂਦਾ ਏ ਆਹਾ ਹਟ ਜਾ ਨਹੀਂ ਤਾਂ ਤੇਰੇ ਕਸ ਦੂੰਗਾ ਨਟ ਜੱਟੀਏ ਬਾਬਾ ਸਾਰੀ ਟੋਕੀ ਦੇ ਵਿੱਚ ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ ਨੀ ਉੱਤੇ ਨੀਲੀ ਛੱਤ ਥੱਲੇ ਹੁਣ ਡੇਰੇ ਵਾਤ ਹੀ ਹੋ ਗਿਆ ਸੈਕਿੰਡ ਜਵਾਨੀ ਦੇ ਡੇਰੇ ਵਾਤ ਤੇ ਪਰ ਮੱਚ ਪਾਇਆ ਹੋਇਆ ਚਾਲੂ ਇਨਸਾਨ ਨੇ ਚੱਕ ਦਿੱਤੇ ਪਰਦੇ ਆ ਖਾਸੇ ਵਗਿਆਨ ਬਹੁਤ ਚੱਕੇ ਬਹੁਤ ਸਾਇੰਸਦਾਨਾਂ ਦਾ ਹੱਥ ਜੱਟੀਏ ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ ਹੌਲੀ ਹੌਲੀ ਸਭ ਕੁਝ ਅਲੋਪ ਹੋ ਜਾਣਾ ਹੈ ਆਏ ਹਾਏ ਨਾਨਕ ਕਬੀਰ ਫਰੀਦ ਰਫੀਦਾਸ ਦਾ ਆਹਾ ਹਾਹਾ ਫਾਰਮੂਲਾ ਸੱਚ ਹੋ ਜਾਣਾ ਹੈ ਗੱਲ ਸਹੀ ਹੈ ਬਹਿ ਕੇ ਪੀਣਾ ਤੂੰ ਦਰਾਂ ਦੇ ਵਿੱਚ ਛੱਟ ਜੱਟੀ ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ ਜਵਾਨ ਟੂ ਵਨ ਇੱਥੋਂ ਤੱਕ ਸੀ ਇਹ ਨਵਾਂ ਸੌਂਗ ਜਿਵੇਂ ਹਿਸਾਬ ਨਾਲ ਮੈਨੇ ਗੱਲ ਮੇਰੇ ਸਮਝ ਦੇ ਵਿੱਚ ਆਉਂਦੀ ਹੈ ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ ਉੱਤੇ ਨੀਲੀ ਛੱਤ ਵਾਲਾ ਭਾਵ ਕਿ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ ਜਿਹੜਾ ਉਹ ਸਾਰੀ ਕਾਇਨਾਤ ਦੇ ਵਿੱਚ ਵਸਿਆ ਉਹ ਜ਼ਰੂਰੀ ਨਹੀਂ ਕਿ ਉੱਪਰ ਹੈ ਹਰ ਕਿਸੇ ਥਾਂ 'ਤੇ ਹੈ ਥੱਲੇ ਜੱਟ ਭਾਵ ਕਿ ਅੱਜ ਉਹਦੇ ਤੋਂ ਬਿਨਾਂ ਅਤੇ ਇਹਦੇ ਤੋਂ ਬਿਨਾਂ ਜ਼ਮੀਨ ਜੱਟ ਜ਼ਿਮੀਂਦਾਰ ਤੋਂ ਬਿਨਾਂ ਗੁਜ਼ਾਰਾ ਨਹੀਂ ਕਿਉਂਕਿ ਜੱਟ ਜ਼ਿਮੀਂਦਾਰ ਦੇ ਅੰਦਰ ਵੀ ਰੱਬ ਵੱਸਦਾ ਹੈ ਜਿਹੜੇ ਸਾਡੇ ਖੇਤਾਂ ਦੇ ਵਿੱਚ ਸਾਡੇ ਫਸਲਾਂ ਉਗਾ ਕੇ ਸਾਡੇ ਘਰਾਂ ਤੱਕ ਸਾਡੇ ਅੰਨ ਪਾਣੀ ਪਹੁੰਚਾਉਂਦੇ ਨੇ ਸਭ ਕੁਝ ਪਹੁੰਚਾਉਂਦੇ ਨੇ ਜਿਹੜੇ
ਪਰਮਾਤਮਾ ਨੇ ਇੱਕ ਕਹਿ ਲਈਏ ਗੋਡ ਗਿਫਟਡ ਉਹਨਾਂ ਨੂੰ ਇਹ ਚੀਜ਼ਾਂ ਦੀ ਡਿਊਟੀ ਵੀ ਲਗਾਈ ਹੋਈ ਹੈ। ਗੱਲ ਪਹਿਲੇ ਨੰਬਰ 'ਤੇ ਸਟਾਰਟਿੰਗ ਦੇ ਵਿੱਚ ਕਰਤੀ ਕਿ ਸਾਡੀ ਜਵਾਨੀ ਨੂੰ ਐਵੇਂ ਨਾ ਭਰਮਾ, ਕਿਉਂਕਿ ਜਵਾਨੀ ਹੈ ਪਰ ਸਾਡੇ ਡੇਰਿਆਂ ਵਾਲੇ ਬੰਨੇ ਫਲਾਣੇ ਵਾਲੇ ਬੰਨੇ ਬੜੀ ਜਾਂਦੀ ਹੈ, ਅਤੇ ਜਿਹਦੇ ਕਰਕੇ ਬਾਬੇ ਸਿਗਰਟ ਪੀਂਦੇ ਨੇ ਅਤੇ ਉਹਦੇ ਵੱਲ ਵੇਖ ਕੇ, ਮਤਲਬ ਕਿ ਕਹਿ ਲਈਏ ਕਿ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਲੜ ਲੱਗੋ। ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾ ਕੁਝ ਤੁਹਾਡੇ ਕੋਲ ਮੰਗਦਾ ਹੈ ਨਾ ਤੁਹਾਡੇ ਅੱਗੇ ਕੋਈ ਡਿਮਾਂਡ ਰੱਖਦਾ ਹੈ, ਸਿਰਫ਼ ਇਹੀ ਕਹਿੰਦਾ ਹੈ ਕਿ ਮੈਨੂੰ ਪੜ੍ਹ, ਮੇਰੇ ਕੋਲ ਸਮਝ ਲੈ ਅਤੇ ਆ ਕੇ ਉਸੇ ਵਿੱਚੋਂ ਸਿੱਖ ਕੇ ਅਤੇ ਕੁਝ ਆਪਣੇ ਜੀਵਨ ਦੇ ਵਿੱਚ ਡਿਵੈਲਪਮੈਂਟ ਕਰ, ਤਰੱਕੀ ਕਰ, ਚੜ੍ਹਦੀ ਕਲਾ ਦੇ ਵਿੱਚ, ਦੁੱਖ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾਉਂਦਾ ਹੈ। ਅੱਗੇ ਗੱਲ ਕਰ ਦਿੱਤੀ ਕਿ ਵਾਲ ਜੇ ਖਿਲਾਰ ਕੇ ਅੱਜ ਕਹਿ ਲਈਏ ਲੋਕਾਂ ਨੂੰ ਭਰਮਾਉਂਦੇ ਨੇ, ਅਤੇ ਚਮਚਿਆਂ ਦੀ ਡਿਊਟੀ ਜਿਹੜੀ ਹੈ ਨਾ ਉਹ ਚੇਲੇ ਪੱਟਣ 'ਤੇ ਲਾਉਂਦੇ ਨੇ ਕਿ ਚੇਲੇ ਪੱਟ ਕੇ ਲਿਆਓ। ਮਰ ਗਈ ਕਹਿ ਲਈਏ 100 ਕੰਮ ਮੰਨ ਕੇ ਚੱਲੋ, 100 ਜਾਣੇ ਨੂੰ ਪੱਟ ਕੇ ਲਿਆਂਦਾ, 100 ਦੇ ਵਿੱਚ ਦੋਵਾਂ ਦਾ ਕੰਮ ਵੀ ਕੁਦਰਤੀ ਨੈਚੁਰਲ ਤੌਰ 'ਤੇ ਜੇ ਚੰਗਾ ਹੋ ਗਿਆ ਨਾ, 5 ਜਾਣਿਆਂ ਨੇ ਵੀ ਪ੍ਰਮੋਟ ਕਰ ਦੇਣਾ ਬਾਬਾ ਕਿ ਬਾਬੇ ਕੋਲ ਜਾ ਕੇ ਤਾਂ ਬਹੁਤ ਕੁਝ ਹੁੰਦਾ, ਬਾਕੀ ਜਿਹੜੇ 95 ਰਹਿ ਗਏ ਉਹਨਾਂ ਨੂੰ ਕਹਿ ਦੇਣਾ ਕਿ ਬਾਈ ਤੁਹਾਡੀ ਸ਼ਰਧਾ ਨਹੀਂ ਸੀ, ਤੁਹਾਡਾ ਆਹ ਨਹੀਂ ਸੀ, ਤੁਹਾਡੇ ਉਹ ਨਹੀਂ ਸੀ, ਇਸ ਤਰ੍ਹਾਂ ਹੁੰਦਾ। ਅਤੇ ਉਸ ਤੋਂ ਬਾਅਦ ਅੱਗੇ ਮਾਨ ਸਾਹਿਬ ਨੇ ਗੱਲ ਕੀਤੀ ਕਿ ਭਗਤ ਕਬੀਰ ਸਾਹਿਬ ਜੀ, ਫਰੀਦ ਸਾਹਿਬ ਜੀ ਦਾ ਜਿਹੜੇ ਸ਼ਲੋਕ ਹੈ ਨੇ, ਜਿਹੜੇ ਕਹਿ ਲਈਏ ਕਿ ਜਿਨ੍ਹਾਂ ਨੇ ਕਿਰਤ ਕਰਨ ਦਾ ਫਾਰਮੂਲਾ ਜਿਹੜਾ ਸੱਚ ਹੋ ਜਾਣਾ ਹੈ, ਅਤੇ ਉਸ ਤੋਂ ਪਹਿਲੇ ਪੈਰੇ ਦੇ ਵਿੱਚ ਸਾਇੰਸ ਦੀ ਗੱਲ ਕੀਤੀ, ਜਿਹਨੇ ਬੜੇ ਪਰਦੇ ਫਾਲਸ਼ ਕੀਤੇ, ਲੋਕ ਅੱਖਾਂ ਬੰਦ ਕਰਕੇ ਕਹਿੰਦੇ ਨੇ ਸਾਨੂੰ ਆਹ ਦਿਖਦਾ, ਸਾਨੂੰ ਉਹ ਦਿਖਦਾ, ਬਾਕੀ ਸਭ ਬਕਵਾਸ ਹੈ। ਜੇ ਯਾਦ ਰੱਖਿਓ ਕੁਝ ਦਿਖਦਾ ਨਾ, ਅੱਜ ਉਹੀ ਸਾਇੰਸ ਦੀ ਬਣਾਈ ਹੋਈ ਟੈਕਨੋਲੋਜੀ ਦੇ ਕੋਲੋਂ ਦਿਖਦਾ ਹੈ। ਕੈਮਰਾ ਤੁਹਾਡੇ ਘਰੇ ਲੱਗਿਆ, ਕੈਮਰਾ ਤੁਹਾਡੇ ਦਫ਼ਤਰ 'ਚ ਲੱਗਿਆ, ਕੈਮਰਾ ਕਿਤੇ ਲੱਗਿਆ, ਪਰ ਜਿੱਥੇ ਬੈਠਾ ਹੈ ਉੱਥੇ ਚੈੱਕ ਕਰ ਰਿਹਾ ਕਿ ਮੇਰੇ ਉੱਥੇ ਹੋ ਕੀ ਰਿਹਾ ਹੈ। ਇਹ ਕਿਹਦੀ ਕਾਢ ਹੈ? ਸਾਇੰਸ ਦੀ ਕਾਢ ਹੈ। ਪਰ ਉਹਨੂੰ ਲੋਕ ਭੰਡਦੇ ਨਹੀਂ ਥੱਕਦੇ, ਉਹਨੂੰ ਟੈਕਨੋਲੋਜੀ ਨੂੰ ਭੰਡਦੇ ਨਹੀਂ ਥੱਕਦੇ, ਜਿਹਨੇ ਸਾਇੰਸ ਨੇ ਸਗੋਂ ਦਿਖਾਤਾ ਕਿ ਇੱਥੋਂ ਉੱਥੇ ਕੀ ਹੋ ਰਿਹਾ। ਅੱਖਾਂ ਬੰਦ ਕਰਕੇ ਨਹੀਂ ਪਤਾ ਲੱਗਦਾ ਕਿ ਇੱਥੋਂ ਉੱਥੇ ਹੋ ਕੀ ਰਿਹਾ। ਇਸ ਕਰਕੇ ਸਾਇੰਸ ਨੇ ਵੀ ਭੰਡ ਦਿੱਤਾ, ਬਾਕੀ ਕਿਰਤਾਂ ਦਾ ਫਾਰਮੂਲਾ ਸੱਚ ਹੋਣਾ ਹੈ ਕਿ ਕਰਮ 'ਤੇ ਸਾਰੀ ਗੇਮ ਜਾਂਦੀ ਹੈ। ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹਾ ਫਲ ਮਿਲੇਗਾ, ਭਾਵ ਕਿ ਕਰਮ ਇਹੋ ਜਿਹੇ ਆਪਣੇ ਆਪ 'ਚ ਚੰਗੇ ਕਰੋ ਕਿ ਤੁਹਾਨੂੰ ਕਿਸੇ ਚੀਜ਼ ਦਾ ਡਰ ਨਾ ਹੋਵੇ, ਕਿਸੇ ਦਾ ਭੈ ਨਾ ਹੋਵੇ, ਬਸ ਮੈਂ ਚੰਗਾ ਕਰਦਾ, ਬਾਕੀ ਲੋਕਾਂ ਦੀ ਪਰਵਾਹ ਨਹੀਂ ਕਰਨੀ। ਲੋਕ ਚੰਗੇ ਨੂੰ ਵੀ ਮਾੜੇ ਨੂੰ ਵੀ ਮਾੜਾ ਕਹਿੰਦੇ ਨੇ, ਜਿਵੇਂ ਪਹਿਲੇ ਨੰਬਰ 'ਤੇ ਮਾਨ ਸਾਹਿਬ ਨੇ ਗੱਲ ਕੀਤੀ ਕਿ ਬੜਾ ਸਮਾਜਿਕ ਦਾ ਗਾ ਕੇ ਦੇਖ ਲੈ, ਪਰ ਬੱਕਰੀਆਂ ਕਈ ਭੇਡਾਂ ਜਿਹੜੀਆਂ ਨੇ ਇਸ ਤਰ੍ਹਾਂ ਨਿੰਦਦੀਆਂ ਨੇ, ਪਰ ਕਹਿੰਦੇ ਅਸੀਂ ਫਿਰ ਵੀ ਸਮਾਜਿਕ ਗਾਵਾਂਗੇ, ਛੱਡਿਆ ਨਹੀਂ ਹੈ। ਸੋ ਬਹੁਤ ਵਧੀਆ ਮਾਨ ਸਾਹਿਬ ਦਾ ਇਹ ਸੌਂਗ ਲੱਗਾ, ਬਾਕੀ ਅਫੀਸ਼ੀਅਲ ਸੌਂਗ ਵੀ ਇਹ ਬਹੁਤ ਜਲਦ ਆ ਰਿਹਾ। 1 ਸਾਲ ਪਹਿਲਾਂ ਵੀ ਮੈਂ ਦੇਖਿਆ ਕਿ ਇਹ ਸੌਂਗ ਗਾਇਆ ਹੋਇਆ ਮਾਨ ਸਾਹਿਬ ਨੇ ਲਾਈਵ ਸ਼ੋਅ ਦੇ ਵਿੱਚ, ਬਾਕੀ ਆਹ ਨਵੇਂ ਸ਼ੋਅ ਦੇ ਵਿੱਚ ਗਾਇਆ, ਕਿਵੇਂ ਦਾ ਸੌਂਗ ਲੱਗਾ ਮੈਨੂੰ ਬਹੁਤ ਪਿਆਰਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ। ਸੋ ਕਿਸੇ ਨੇ ਕੋਈ ਰਿਐਕਸ਼ਨ ਕਰਾਉਣਾ ਹੋਵੇ ਤਾਂ ਇਹ ਮੇਰੀ ਇੰਸਟਾਗ੍ਰਾਮ ਦੀ ID ਹੈ, ਅਤੇ ਜ਼ਰੂਰ ਦੱਸਿਓ ਜੀ। ਸੋ ਸਤਿ ਸ਼੍ਰੀ ਅਕਾਲ, ਬਾਏ।